ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗੁਨਾਮ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਉਸ ਪਰਮਜੀਤ ਸਿੰਘ ਭਗਨਾ ਸਭ ਤੋਂ ਪਹਿਲਾਂ ਨਿੱਘਾ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਵਿਸਥਾਰ ਦੇ ਨਾਲ ਮੋਦੀ ਦੇ 20 ਲੱਖ ਕਰੋੜੀ ਪੈਕੇਜ 'ਚੋਂ ਕੁਝ ਨਹੀਂ ਪਿਆ ਪੰਜਾਬ ਦੇ ਪੱਲੇ ਹੁਣ ਕੈਪਟਨ ਨੇ ਮੰਗੇ 80,000 ਕਰੋੜ ਫਸਲਾਂ ਦੇ ਮੁੱਲ ਤੇ ਕਾਂਗਰਸ ਦਾ ਜਨ ਅੰਦੋਲਨ ਪੈਂਤੜਾ ਅਕਾਲੀ ਦਲ ਲਈ ਨਵੀਂ ਮੁਸੀਬਤ ਫਸਲਾਂ ਦੇ ਭਾਅ ਤੇ ਘਿਰ ਗਿਆ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਤੱਕ ਪਹੁੰਚਿਆ ਸੇਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੱਡੇ ਖੁਲਾਸੇ ਪੰਜਾਬ 'ਚ ਗਰਮੀ ਨੇ ਲੋਕਾਂ ਦੇ ਕੱਟੇ ਵੱਟ 45 ਡਿਗਰੀ ਪਹੁੰਚਿਆ ਪਾਰਾ ਸੜਕਾਂ ਹੋਈਆਂ ਸੁੰਨੋ ਸਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਇਆ ਕਰੋਨਾ ਮਹਾਮਾਰੀ ਦੌਰਾਨ ਐਲਾਨ ਕੀਤਾ ਸੀ ਤੇ ਇਸ ਪੈਕੇਜ ਵਿੱਚ ਜਿੱਥੇ ਵੱਖ ਵੱਖ ਸਕੀਮਾਂ ਦਾ ਜ਼ਿਕਰ ਕੀਤਾ ਗਿਆ ਸੀ ਉੱਥੇ ਪੈਸਾ ਵੱਖ ਵੱਖ ਸੂਬਿਆਂ ਨੂੰ ਵੀ ਦਿੱਤਾ ਜਾਣਾ ਸੀ ਪਰ ਇਹ ਪੈਕੇਜ ਕਿਹਨਾਂ ਲੋਕਾਂ ਤੱਕ ਪਹੁੰਚਿਆ ਇਸ ਬਾਰੇ ਤਾਂ ਹਜੇ ਪੂਰੀ ਰਿਪੋਰਟ ਨਹੀਂ ਨਿਕਲ ਕੇ ਆਈ ਪਰ ਇੱਕ ਵੱਡਾ ਸਵਾਲ ਖੜਾ ਹੋ ਗਿਆ ਵੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਵਿੱਚ ਉਹਨਾਂ ਨੇ ਇਹ ਕਿਹਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਤੇ ਉਹਨਾਂ ਦੀ ਰੋਜੀ ਰੋਟੀ ਦਾ ਵਾਸਤਾ ਇਸ ਚਿੱਠੀ ਵਿੱਚ ਪਾਇਆ ਤੇ ਲੱਗਦਾ ਕਿ ਇਹ 20 ਕਰੋੜੀ ਜੋ ਪ੍ਰੋਜੈਕਟ ਸੀ ਇਸ ਦੇ ਵਿੱਚ ਪੰਜਾਬ ਦੇ ਪੱਲੇ ਇੱਕ ਟੁੱਟੀ ਚਵਾਨੀ ਨਹੀਂ ਪਈ ਹੈ ਸੋ ਇਸ ਤਰ੍ਹਾਂ ਦੀ ਗੱਲ ਜਿਹੜੀ ਕਿ ਹੁਣ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਤੇ ਮੋਦੀ ਦਾ 20 ਲੱਖ ਕਰੋੜੀ ਆਰਥਿਕ ਪੈਕੇਜ ਪੰਜਾਬੀਆਂ ਵਾਸਤੇ ਕੋਈ ਫਾਇਦੇਮੰਦ ਸਾਬਤ ਨਹੀਂ ਹੋਇਆ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਰਥਿਕ ਨੁਕਸਾਨ ਦੀ ਭਰਪਾਈ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿੱਤੀ ਆਸਰੇ ਦੀ ਮੰਗ ਕੀਤੀ ਹੈ ਕਿ ਸਾਨੂੰ ਵਿੱਤੀ ਆਸਰਾ ਦਿਓ 80,000 ਕਰੋੜ ਰੁਪਏ ਦਾ ਨਿਵੇਸ਼ ਦੀ ਜਿਹੜੀ ਵਿੱਤੀ ਮਦਦ ਹੈ ਉਹ ਮੰਗਿਆ ਕਿ ਸਾਨੂੰ 80,000 ਕਰੋੜ ਰੁਪਇਆ ਪੰਜਾਬ ਵਾਸਤੇ ਦਿਓ ਜਿਸ ਵਿੱਚ ਕੇਂਦਰੀ ਸਕੀਮਾਂ ਦੇ ਅੰਦਰ 100% ਦੀ ਫੰਡ ਮੁਹੱਈਆ ਕਰਾਉਣਾ ਇੱਕ ਮੁਸ਼ਕ ਖੇਤੀ ਕਰਜ਼ਾ ਮਾਫ਼ੀ ਲੰਬੇ ਸਮੇਂ ਤੋਂ ਜਿਹੜੀ ਲਟਕੀ ਆ ਰਹੀ ਹੈ CCL ਕਰਜ਼ੇ ਇਹ ਮਾਫ਼ੀ ਦੀ ਗੱਲ ਕਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਵਿੱਚ ਇਹ ਵੀ ਅਪੀਲ ਕੀਤੀ ਹੈ ਵੀ ਕਿਸਾਨਾਂ ਦੇ ਨਾਲ ਜੁੜੇ 3 ਨਵੇਂ ਆਰਡੀਨੈਂਸਾਂ ਦਾ ਵੀ ਜਿਹੜਾ ਕਿ ਉਹਨਾਂ ਨੂੰ ਦੁਬਾਰਾ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਆਰਡੀਨੈਂਸਾਂ ਦੇ ਉੱਪਰ ਦੁਬਾਰਾ ਵਿਚਾਰ ਚਰਚਾ ਕੀਤੀ ਜਾਵੇ ਲੋਕਡਾਊਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿਦਿਆਰਥੀਆਂ ਵਾਸਤੇ ਵੀ 1,000 ਰੁਪਇਆ ਪ੍ਰਤੀ ਮਹੀਨਾ ਜੋ ਵਜ਼ੀਫਾ ਹੈ ਉਸ ਦੀ ਮੰਗ ਕੀਤੀ ਹੈ ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਚਿੱਠੀ ਕਲੀਅਰ ਕਰ ਗਈ ਕਿ ਪੰਜਾਬ ਦੇ ਲੋਕਾਂ ਦੇ ਪੱਲੇ ਕੁਛ ਨਹੀਂ ਪਿਆ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਚਿੱਠੀ ਭੇਜੀ ਹੈ ਜੇ ਪੈਸੇ ਪਏ ਹੁੰਦੇ ਪੱਲੇ ਤਾਂ ਹੁਣ ਤੱਕ ਕਦੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਰੌਲਾ ਪਾ ਲੈਣਾ ਸੀ ਇਸ ਤੋਂ ਪਹਿਲਾਂ ਮੈਨੂੰ ਯਾਦ ਹੈ ਨਾਭੇ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਉਹਨੇ ਕਿਹਾ ਕਹਿੰਦੇ ਭਾਈ 500-500 ਰੁਪਇਆ ਜਿਹੜਾ ਜਨ ਧਨ ਕਲਿਆਣ ਯੁਵਾ ਉਹ ਜਿਹੜੇ ਖਾਤੇ ਆ ਉਹਨਾਂ ਦੇ ਵਿੱਚ ਆਏ ਹੈ ਉਹ ਵੀ ਤਾਂ ਕਹਿੰਦੇ ਕੇਂਦਰ ਸਰਕਾਰ ਤੋਂ ਹੀ ਆਏ ਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਵੀ ਸਬਜ਼ੀ ਜਿਹੜੀਆਂ ਦਾਲਾਂ ਨੇ ਕਣਕ ਨੇ ਕੇਂਦਰ ਸਰਕਾਰ ਨੇ ਤਾਂ ਇੰਨੀ ਭੇਜਤੀ ਇਹਨਾਂ ਤੋਂ ਵੰਡ ਨਹੀਂ ਹੋਈ ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਵੀ ਦਾਲਾਂ ਦੇ ਵਿੱਚ ਉਹ ਮੁਸ਼ਕ ਮਾਰਦੀ ਸੀ ਅਸੀਂ ਕਿੱਥੇ ਵੱਢ ਲੈਂਦੇ ਦਾਲਾਂ ਖਾ ਕੇ ਤਾਂ ਲੋਕਾਂ ਨੇ ਵੈਸੇ ਹੀ ਬਿਮਾਰ ਹੋ ਜਾਣਾ ਸੀ ਸੋ ਹਜੇ ਤੱਕ ਤਾਂ ਭਾਰਤੀ ਜਨਤਾ ਪਾਰਟੀ ਦਾ ਕੋਈ ਬੁਲਾਰਾ ਕੋਈ ਵੱਡਾ ਲੀਡਰ ਕੋਈ ਮੌਤਬਰ ਲੀਡਰ ਪੰਜਾਬ ਦੇ ਵਿੱਚੋਂ ਇਸ ਚਿੱਠੀ ਨੂੰ ਲੈ ਕੇ ਬੋਲਿਆ ਨਹੀਂ ਤੇ ਹੁਣ ਇਹ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ 80,000 ਕਰੋੜ ਰੁਪਇਆ ਚਾਹੀਦਾ ਪੰਜਾਬ ਨੂੰ ਸਿੱਧਾ ਕਰਨ ਵਾਸਤੇ ਪੰਜਾਬ ਦੇ ਵਿੱਚ ਬੇਸ਼ੱਕ ਕਾਫੀ ਟੈਕਸ ਸੈਂਸ ਕਾਫੀ ਚੀਜ਼ਾਂ ਜਿਹੜੀਆਂ ਕਿ ਆਮ ਲੋਕਾਂ ਦੇ ਉੱਪਰ ਲਗਾਤੀਆਂ ਮਤਲਬ ਇਹ ਕਹਿ ਸਕਦੇ ਹਾਂ ਕਿ ਸਾਨੂੰ ਅਸੀਂ ਆਪਣੇ ਘਰਾਂ 'ਚ ਬੈਠੇ ਹਾਂ ਘਰਾਂ 'ਚ ਬਹਿ ਕੇ ਜਿਹੜਾ ਆਰਾਮ ਫਰਮਾਇਆ ਇਹ ਆਰਾਮ ਫਰਮਾਉਣ ਦਾ ਹੁਣ ਤੁਹਾਨੂੰ ਖਾਮਿਆਜ਼ਾ ਭੁਗਤਣਾ ਪੈਣਾ ਉਹ ਭੁਗਤ ਵੀ ਰਹੇ ਹਾਂ ਅਤੇ ਭੁਗਤਣਾ ਵੀ ਪੈਣਾ ਅਤੇ ਭੁਗਤੀ ਵੀ ਜਾਵਾਂਗੇ ਹਾਲੇ ਕਾਫੀ ਲੰਬੇ ਸਮੇਂ ਤੱਕ ਇਹ ਭੁਗਤਣਾ ਪੈਣਾ ਕਿਉਂਕਿ ਕਰੋਨਾ ਹਜੇ ਖਤਮ ਨਹੀਂ ਹੋਇਆ ਬੇਸ਼ੱਕ ਲੋਕਡਾਊਨ ਖੁੱਲ੍ਹ ਗਿਆ ਪਰ ਕਰੋਨਾ ਖਤਮ ਨਹੀਂ ਹੋਇਆ ਕੈਪਟਨ ਅਮਰਿੰਦਰ ਸਿੰਘ ਹੁਣ ਇਸੇ ਕਰਕੇ ਪੈਸੇ ਦੀ ਡਿਮਾਂਡ ਕਰਦੇ ਆ ਹੁਣ ਕਾਂਗਰਸ ਸਰਕਾਰ ਬੜੀ ਦੁਚਿੱਤੀ ਦੇ ਵਿੱਚ ਫਸ ਗਈ ਪੰਜਾਬ ਦੇ ਵਿੱਚ ਕਿਉਂਕਿ ਅੱਗੇ ਹੁਣ 2022 'ਚ ਵੋਟਾਂ ਆ ਗਈਆਂ ਉੱਧਰ ਸੋਨੀਆ ਗਾਂਧੀ ਨੇ ਕਿਹਾ ਵੀ ਜਦੋਂ ਅਕਾਲੀ ਦਲ ਵਾਲੇ ਅਹੁਦੇ ਵੰਡ ਸਕਦੇ ਆ ਕਿਸੇ ਨੂੰ ਪ੍ਰਧਾਨ ਲਾਤਾ ਕਿਸੇ ਨੂੰ ਪਾਰਟੀ ਦਾ ਪੁਨਰਗਠਨ ਤੇ ਤੁਸੀਂ ਕਿਉਂ ਨਹੀਂ ਕੀਤਾ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਦੇ ਉੱਪਰ ਹੁਣ ਇੱਕ ਕਦਮ ਚੱਕਣਾ ਪੈਣਾ ਕਹਿਣ ਦਾ ਭਾਵ ਹੈ ਵੀ ਚੋਣਾਂ ਦਾ ਬਿਗਲ ਜਿਹੜਾ ਵੱਜ ਚੁੱਕਿਆ ਪਰ ਐਤਕੀ ਇੱਕ ਦੁਚਿੱਤੀ ਦੇ ਵਿੱਚ ਲੋਕ ਬੜੇ ਸੁੱਤੇ ਫਸਣਗੇ ਵੈਸੇ ਤਾਂ ਚਲੋ ਜਿਹੜੀ ਪਾਰਟੀਆਂ ਨਾਲ ਜੋ ਲੋਕ ਪੱਕੇ ਆ ਉਹ ਉਹਨਾਂ ਨੂੰ ਵੋਟਾਂ ਪਾਉਣਗੇ ਪਰ ਐਤਕੀ ਇੱਕ ਵਾਰ ਫਿਰ ਲੋਕ ਸੋਚਣ ਵਾਸਤੇ ਮਜਬੂਰ ਹੋਣਗੇ
कैप्टन अमरिंदर सिंह अपनी सरकार की पिट्ठ नूं थप्प पाई जांदे भी असीं तां काम ही इन्ना करता लोकां ने सानूं फिर वोटां पा देणियां। उधर श्रोमणी अकाली दल एक बार फिर कुर्सी दे सुपने देखण लग गया भाई साडी कुर्सी है क्योंकि बदलाव पंज साल बाद पंजाब दे लोक मन्नदे आ। ते आम आदमी पार्टी बारे लोकां दी धारणा जो ग्राउंड रिपोर्ट है वह यह है बई इन्हां ने तां टिकटां पिछे लड़ी जाणा टिकटां पिछे। भगवंत मान कहिंदा मैं किसे नूं आए नहीं करना। भगवंत मान कहिंदा बिना शर्त तो आओ। ਉਹ ਸੁਖਪਾਲ ਖਹਿਰਾ ਕਹਿੰਦਾ ਵੀ ਭਗਵੰਤ ਮਾਨ ਕਰਕੇ ਨਹੀਂ ਆਮ ਆਦਮੀ ਪਾਰਟੀ ਦਾ ਝਾੜੂ ਚੱਲਿਆ। ਸੋ ਕਈ ਗੱਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੀ ਇਹ ਇੱਕ ਵਾਰ ਫੇਰ ਲੋਕਾਂ ਨੂੰ ਚੱਕਰਾਂ 'ਚ ਪਾਉਣਗੀਆਂ। ਖੈਰ ਆਪਾਂ ਅਗਲੀ ਖਬਰ ਦੇ ਉੱਪਰ ਚੱਲਦੇ ਹਾਂ। ਅਗਲੀ ਖਬਰ ਜਿਹੜੀ ਬੜੇ ਕਮਾਲ ਦੀ ਨਿਕਲ ਕੇ ਆਈ ਹੈ ਉਸ ਖਬਰ ਦੀ ਆਪਾਂ ਗੱਲ ਕਰੀਏ ਤਾਂ ਉਹ ਖਬਰ ਕੀ ਹੈ ਕਿ ਫਸਲਾਂ ਦਾ ਜਿਹੜਾ ਕਿ ਸਮਰਥਨ ਮੁੱਲ ਹੈ ਉਸ ਨੂੰ ਲੈ ਕੇ ਨਿਤਿਨ ਗਡਕਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਦਿੱਲੀ ਤੋਂ ਵੀ ਜੋ ਫਸਲਾਂ ਦੇ ਮੁੱਲ ਨੇ ਅੰਤਰਰਾਸ਼ਟਰੀ ਬਾਜ਼ਾਰ 'ਚ ਕਿਤੇ ਜ਼ਿਆਦਾ। ਇਸ ਤੋਂ ਬਾਅਦ ਰੌਲਾ ਪੈ ਗਿਆ। ਹੁਣ ਅਕਾਲੀ ਦਲ ਵਾਸਤੇ ਇੱਕ ਨਵੀਂ ਮੁਸੀਬਤ ਖੜੀ ਹੋ ਗਈ। ਕਾਂਗਰਸ ਵੱਲੋਂ ਇੱਕ ਨਵਾਂ ਤੇ ਨਵਾਂ ਫਰੈਸ਼ ਨਕੋਰ ਮੁੱਦਾ ਮਿਲ ਗਿਆ ਕਿਉਂਕਿ ਪੰਜਾਬ ਦੇ ਵਿੱਚ ਜਿਸ ਕਿਸੇ ਪਾਰਟੀ ਨੇ ਪੰਜਾਬ ਦਾ ਇਲੈਕਸ਼ਨ ਜਿੱਤਣਾ ਉਹ ਪੰਜਾਬ ਦੇ ਕਿਸਾਨੀ ਮੁੱਦਿਆਂ ਨੂੰ ਚੱਕ ਲਏ ਬੰਦਾ ਜਿੱਤ ਜੂਗਾ। ਇਹੀ ਕੰਮ ਕੈਪਟਨ ਅਮਰਿੰਦਰ ਸਿੰਘ ਨੇ ਆਹ ਪਿਛਲੀਆਂ ਚੋਣਾਂ 'ਚ ਕੀਤਾ ਸੀ। ਕਿਸਾਨੀ ਮੁੱਦੇ ਚੱਕੇ ਤੇ ਬੰਦੇ ਠਾਹ ਦੇ ਕੇ ਜਿੱਤ ਗਏ। ਹੁਣ ਇਹਦੇ 'ਚ ਕੀ ਹੈ, ਕੇਂਦਰ ਸਰਕਾਰ ਨੇ ਕਿਸਾਨ ਦੇ ਨਾਲ ਸੰਬੰਧਿਤ ਆਰਡੀਨੈਂਸ ਜਿਹੜੇ ਕਿ ਜਾਰੀ ਕਰਤੇ। ਕਾਂਗਰਸ ਪਾਰਟੀ ਇਹਨਾਂ ਦਾ ਸਖ਼ਤ ਵਿਰੋਧ ਕਰਦੀ ਹੈ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿਸਾਨੀ ਮੁੱਦਿਆਂ ਦੇ ਉੱਪਰ ਕੇਂਦਰ ਸਰਕਾਰ ਪੰਜਾਬ ਦੇ ਖਾਸ ਕਰ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਵੀ ਇਹ ਧੱਕੇਸ਼ਾਹੀ ਅਸੀਂ ਨਹੀਂ ਬਰਦਾਸ਼ਤ ਕਰਨੀ, ਇਹ ਬਰਦਾਸ਼ਤ ਤੋਂ ਬਾਹਰ ਹੈ ਤੇ ਅਸੀਂ ਹੁਣ ਜਨ ਅੰਦੋਲਨ ਕਰਨ ਵਾਸਤੇ ਬਿਲਕੁਲ ਤਿਆਰ ਹੋ ਚੁੱਕੇ ਹਾਂ। ਕਹਿਣ ਦਾ ਭਾਵ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸਿੱਧੇ ਹੱਥਾਂ ਨਾਲ ਇਹਨਾਂ ਨੇ ਚੱਕਣਾ ਹੈ। ਉਹਦਾ ਕਾਰਨ ਵੀ ਮੈਂ ਦੱਸੂ ਕਿਉਂ ਚੱਕਣਾ। ਕਿਸਾਨੀ ਹੋਣ ਦਾ ਖਤਰਾ ਕਰਾਰ ਦੇਣ ਵਾਲੇ ਆਰਡੀਨੈਂਸ ਕਿਸਾਨਾਂ ਦੇ ਉੱਪਰ ਪੈਣ ਵਾਲਾ ਜਿਹੜਾ ਮਾੜੇ ਪ੍ਰਭਾਵ ਹੈ ਇਸ ਤੋਂ ਜਾਣੂ ਕਰਾਉਣ ਵਾਸਤੇ ਹੁਣ ਕਾਂਗਰਸ ਪਾਰਟੀ ਸੱਥਾਂ ਵਿੱਚ ਜਾਊਗੀ। ਸੱਥਾਂ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰੋ ਤੇ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਕਾਂਗਰਸ ਨੇ ਰਾਜਪਾਲ ਨੂੰ ਇੱਕ ਮੰਗ ਪੱਤਰ ਦੇ ਤਾ। ਸੁਨੀਲ ਜਾਖੜ ਕਹਿੰਦਾ ਪੇਂਡੂ ਪਿਛੋਕੜ ਕਰੀਬ ਡੇਢ ਦਰਜਨ ਵਿਧਾਇਕਾਂ ਦੀ ਮੀਟਿੰਗ ਸੱਦ ਲਈ, ਅਸੀਂ ਪੂਰੀ ਤਿਆਰੀ ਵਿੱਟ ਲਈ ਹੈ। ਮੀਟਿੰਗ ਵਿੱਚ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਹ ਸ਼ਾਮਲ ਹੋਣਗੇ। ਕਾਂਗਰਸ ਇਹ ਜਨ ਅੰਦੋਲਨ ਵਿਊਤਬੰਦੀ ਨਾਲ ਕਰੂਗੀ। ਪਰ ਇੱਕ ਗੱਲ ਸੋਚਣ ਵਾਲੀ ਹੈ ਬਈ ਅੱਜ ਕਾਂਗਰਸ ਪਾਰਟੀ ਕਹਿੰਦੀ ਹੈ ਬਈ ਅਸੀਂ ਕਿਸਾਨਾਂ ਦੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਨਵਾਂ ਨਕੋਰ ਜਿਹੜਾ ਇੱਕ ਮਾਮਲਾ ਹਾਲੇ ਪੰਜਾਬ 'ਚ ਨਿਕਲ ਕੇ ਹੈ, ਬੀਜ ਘੁਟਾਲਾ, PR 128, PR 129, ਲੱਕੀ ਢਿੱਲੋਂ ਸਾਹਿਬ, ਇਹ ਹਜੇ ਤੱਕ ਇਹ ਕਹਿ ਲਓ ਜੀ ਮਾਮਲਾ ਰਫਾ ਦਫਾ ਨਹੀਂ ਹੋਇਆ, ਹਾਲੇ ਚੱਲੀ ਜਾਂਦਾ। ਖੈਰ ਇਹ ਕਹਿ ਲਓ ਵੀ ਇਹਦਾ ਭਾਂਬੜ ਦਾ ਜਿਹੜਾ ਸੇਕ ਹੈ ਉਹ ਘਟਣਾ ਸ਼ੁਰੂ ਹੋ ਗਿਆ। ਘਟਣਾ ਇਸ ਕਰਕੇ ਸ਼ੁਰੂ ਹੋ ਗਿਆ ਕਿਉਂਕਿ ਨਾ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਇਸ ਮਾਮਲੇ ਨੂੰ ਲੈ ਕੇ ਬੋਲਦੇ ਆ, ਜੇ ਬੋਲਣਗੇ ਤਾਂ ਕਾਂਗਰਸ ਵਾਲਿਆਂ ਕੋਲ ਇਹ ਆਰਡੀਨੈਂਸ ਵਾਲਾ ਵੱਡਾ ਮੁੱਦਾ ਵੀ ਭਾਈ ਤੁਸੀਂ ਕਹਿੰਦੇ ਆ ਵੀ ਇੱਥੇ ਬੀਜ ਘਟਾਲਾ ਹੋਇਆ ਤੇ ਸੈਂਟਰ ਦੇ ਵਿੱਚ ਬੀਬੀ ਬਾਦਲ ਬੈਠੀ ਹੈ ਤੇ ਉਹਨਾਂ ਨੇ ਜਦੋਂ ਇਹ ਆਰਡੀਨੈਂਸ ਜਾਰੀ ਹੋਏ ਆ ਉਦੋਂ ਕਿਉਂ ਨਹੀਂ ਉਹ ਬੀਬੀ ਬੋਲੀ ਤੇ ਤੁਸੀਂ ਕਿਹੜੇ ਪਾਸੇ ਨੂੰ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹਮਦਰਦ ਹੋ ਗਏ। ਸੋ ਇਹ ਇੱਕ ਵੱਡੀ ਪ੍ਰੋਬਲਮ ਹੁਣ ਅਕਾਲੀ ਦਲ ਵਾਸਤੇ ਹੈ। ਕਾਂਗਰਸ ਕੋਲ ਇੱਕ ਵੱਡਾ ਸੁਨਹਿਰੀ ਮੌਕਾ ਆ ਗਿਆ, ਉਹਨਾਂ ਨੇ ਹੁਣ ਕਾਂਗਰਸ ਪਾਰਟੀ ਨੇ ਰਲ ਕੇ ਅਕਾਲੀਆਂ ਨੂੰ ਢਾਣਾ ਤੇ ਦੇਖੋ ਹੁਣ ਭਾਈ ਸ਼ਬਦੀ ਹਮਲੇ ਦਾ ਸ਼ੁਰੂ ਹੋ ਗਏ ਤੇ ਇਹਦੇ ਵਿੱਚ ਖਾਸ ਕਰਕੇ ਚੀਮਾ ਸਾਹਿਬ ਜਿਹੜੇ ਕਿ ਮੈਂ ਪੰਜਾਬ ਦੇ ਸੰਬਿਤ ਪਾਤਰਾ ਕਹਿਣ ਦੀ ਗੱਲ ਕਰੂੰਗਾ, ਹਮੇਸ਼ਾ ਹੀ ਹਰ ਮੁੱਦੇ ਦੇ ਉੱਪਰ ਉਹ ਬੜੀ ਵਧੀਆ ਢੰਗ ਨਾਲ ਇੰਨਾ ਕੁ ਵਧੀਆ ਪਲਸਤਰ ਕਰ ਦਿੰਦੇ ਆ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਥੱਲੇ ਕਿੰਨਾ ਕੁ ਡੂੰਘਾ ਟੋਆ ਸੀ ਜਾਂ ਨਹੀਂ ਸੀ। ਖੈਰ ਬੁਲਾ ਰਹੇ ਆ ਜੀ, ਉਹਨਾਂ ਦਾ ਕੰਮ ਹੈ ਬੋਲਣ ਦਾ। ਲਓ ਜੀ ਹੁਣ ਆਪਾਂ ਚੱਲਦੇ ਹਾਂ ਅਗਲੀ ਖਬਰ ਦੇ ਉੱਪਰ। ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਦੇ ਵਿਰੋਧੀ ਧਿਰ ਅਕਾਲੀ ਦਲ ਨੂੰ ਘੇਰਨ ਵਾਸਤੇ ਬਿਲਕੁਲ ਤਿਆਰ ਹੋ ਚੁੱਕੀ ਹੈ। ਜਿਵੇਂ ਪਹਿਲਾਂ ਦੱਸਿਆ ਕਿ ਕਾਂਗਰਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਾਦਲ ਪਰਿਵਾਰ ਨੂੰ ਹੁਣ ਕੋਸਣ ਲੱਗ ਗਏ ਆ। ਟਕਸਾਲੀ ਦੀ ਗੱਲ ਕਰੀਏ, ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਜਿਨ੍ਹਾਂ ਨੇ ਆਪਣੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਤਿਆਰ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਨੂੰ ਬਚਾਉਣ ਵਾਸਤੇ ਕਿਸਾਨਾਂ ਦੀ ਬਰਬਾਦੀ ਦਾ ਆਧਾਰ ਬਣਨ ਵਾਲੇ ਆਰਡੀਨੈਂਸਾਂ ਦਾ ਵਿਰੋਧ ਕਰਨ ਦੀ ਜਗ੍ਹਾ ਮੋਦੀ ਸਰਕਾਰ ਦੇ ਜਿਹੜੀ ਸਰਕਾਰ ਦੇ ਆਰਡੀਨੈਂਸ ਹੈ ਇਹਨਾਂ ਦੇ ਮੂਹਰੇ ਗੋਡੇ ਟੇਕ ਹੈ। ਬਈ ਕੁਰਸੀ ਇਹਨਾਂ ਨੂੰ ਪਿਆਰੀ ਹੈ, ਕਿਸਾਨਾਂ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ। ਬ੍ਰਹਮਪੁਰਾ ਸਾਹਿਬ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਮਗਰੋਂ ਪੰਜਾਬ ਦੇ ਵਿੱਚ ਤੀਜੇ ਹੁਣ ਫਰੰਟ ਦੀ ਜਿਹੜੀ ਕਿ ਤੀਜੇ ਮੋਰਚੇ ਦੀ ਲੋੜ ਹੈ, ਬਦਲ ਚਾਹੀਦਾ ਹੁਣ ਪੰਜਾਬ ਦੇ ਅੰਦਰ ਲੋਕਾਂ ਨੂੰ ਚਾਹੀਦਾ ਕਿ ਹੁਣ ਸੋਚ ਵਿਚਾਰ ਕੇ 2022 ਦੇ ਵਿੱਚ ਵੋਟਾਂ ਪਾਉਣ, ਕਿਹਨੂੰ ਪਾਉਣੀ ਹੈ।
सारी आर्थिकता भूमि निभाउण वास्ते वचनबद्ध होवे। ब्रह्मपुरा साहब ने यह भी गल कही है कि केंद्र सरकार वालों लियांदे गए जिहड़े ये तीन वक्ख वक्ख आर्डिनेंस ने श्रोमणी अकाली दल टकसाली विरोध करता है ते ठोक के गल करदे आ, कहिंदा वी कुर्सी दी खातर बीबी हरसिमरत कौर बादल ने कैबिनेट मीटिंग विच ये बिल दे उपर दखसत करके पंजाब दे किसानां नाल धरोक मारिया। वैसे एक सोचने वाली गल यह है कि बीबी हरसिमरत कौर बादल जो इस तरह के फैसले होते हैं कि बीबी ये फैसले पढ़ती नहीं, या फिर 2022 वास्ते भारतीय जनता पार्टी पंजाब दे विच अपना ग्राउंड तैयार कर लगी हुई है, कुछ ना कुछ है जिस करके ये हुण दूजियां पार्टियां बोलना शुरू कर चुकी हैं। ब्रह्मपुरा ने कहा कि केंद्र ते सूबा सरकार वालों किसानों की आर्थिकता तौर पर कमजोर करने वास्ते पंजाब दे विच डीजल महंगा करता, जाली बीज जिहड़े कि उत्थे मार्केट स्तर ते खादा की गल कीती है वह है, वह ताजियां मसालां जिहड़ियां कि ब्रह्मपुरा साहब ने कीतियां वी किसानी नूं हर हल विसल खत्म करना है। केंद्र सरकार किसान नीति जो है मारू नीतियां लैके आ रही है ते किरतियां दी जिहड़ी कि ये अपना सूबा है इस किरतियां दे सूबे नूं खत्म करना चाहुंदी है। सो मैं पहला भी कहा कि जेकर पंजाब च किसी पार्टी ने कोई चोण लड़नी है जितनी है तो उन्होंने किसानों के मुद्दे चकने पैणगे। कैप्टन अमरिंदर सिंह ने बड़ा वधिया बड़ा प्यारा मुद्दा चुकया सी किसानों का, सारा कर्जा माफ कर देंगे, फिर उस तो बाद रौला पै गया कहिंदे जी हाड़ती वाला कर्जा भी वह भी कहिंदे माफ कर देंगे, ये कर देंगे वह कर देंगे, टैलीफोन वंड देंगे, घर घर नौकरी दे देंगे, नशा खत्म कर देंगे, किन्ने मुद्दे से जिहड़े किसान दे नाल जुड़े हुए ने, सारे मुद्दों के उपर यह कह लो जी सरकार बनेगी। लो जी अगली खबर के उपर रुख करते हैं, मुंबई लै चलते हैं जिथे सुशांत सिंह राजपूत जिहड़े कि बहुत वड्डे बॉलीवुड के कलाकार से जिन्हां दीआं फिल्मां नूं तुसीं बहुत प्यार दिता, धोनी की बायोपिक दे विच भी तुसीं उस कलाकार नूं देखिया, पवित्र रिश्ता नाटक दे विच भी उसनूं देखिया, उस तों बाद बद्रीनाथ जिहड़ी फिल्म बनी सी उहदे विच भी उस कलाकार नूं, होर काफ़ी फिल्मां सी, पर बॉलीवुड दे विच एक नवी बहस हुण शुरू हो गई उसकी मौत तों बाद। की बहस शुरू होगी? कहिंदे जो कुछ हलचल होंदी उस तो बाद कई गल्लां निकल के बाहर आउंदे ने, बॉलीवुड दे विच जातिवाद भतीजावाद इस तरह दीआं गल्लां जिहड़ियां कि हुण निकल के बाहर आउण लगियां। कंगना रनौत ने फिल्म जारी की है कि बॉलीवुड ते भतीजावाद का इल्जाम कंगना रनौत वालों लगाया गया, उन्हें कहा भी इत्थे लोकां नूं काम करन तों रोकिया जांदा, हरेक बंदे दे पैर मुंबई दे विच सौखे लगण नहीं दित्ते जांदे। उन्होंने कहा कि कई फिल्मां कट दित्तियां जांदियां उन्हां बंदे दीआं, डिप्रैशन सी राजपूत नूं, डिप्रैशन सी वड्डी, किते जो रिपोर्ट मैं पढ़ी है उहदे विच इह लिखिया होया सी कि 7 फिल्मां उस बंदे तों आंदियां आंदियां खोह लित्तियां, किस गल पिछे खोह लित्तियां इस बारे अजे कुछ नहीं कहा जा सकता। अवार्ड उन्होंने अपनी मर्जी नाल जिहड़े कि मुंबई फिल्म इंडस्ट्री विच दित्ते जांदे आ, विवेक ओबराय, सैफ अली खान, बॉलीवुड दे चेहरे इस रवैये के उपर सवाल चक चुके हैं, ये हुंदा है। कमल आर खान यानी के आर के बॉलीवुड नू निशाना बनाया, के आर के ने अपनी दृढ़ राय तो जो शैली वो जो जाने जांदा उन्हें एक घंटा पहला एक ट्वीट किया, ट्वीट बकायदा उन्हें 6 कंपनियों के नाम लिखे कि बॉलीवुड नू ये 6 कंपनियां कंट्रोल कर दी हैं। ट्वीट विच उन्हें लिखा कि यह सच है कि सिर्फ ये कंपनियां बॉलीवुड नू कंट्रोल कर दिया, जेकर किसी नू ये पसंद कर दिया तो उहदा कैरियर चमका देनी है, जिस नू ये पसंद नहीं कर दिया उहनू बर्बाद कर देनी है कंपनी। असीं सोचदे सी शायद राजनीति दे विच, पर हरेक फैक्टर हरेक सैक्टर दे विच इस तरह दीआं गल्लां देखण नू मिल रही। कि सुशांत सिंह राजपूत इन्हां चीज़ां दी भेंट चढ़ गया? 35 साल दा उह नौजवान जिहड़ा कि खुदकुशी कर गया, किस बंदे दा दिल करदा खुदकुशी करन दा? मानसिक तौर ते दिमागी तौर ते परेशानी परेशान नहीं सी, सिर्फ डिप्रैशन का शिकार सी, कि किस गल की डिप्रैशन सी उसनू यह नहीं पता, इस बारे अभी खुलासे नहीं हुए, पर कि ना कि किसी घर का एक चिराग बुझ गया। 6 कंपनियों के नाम दसे हैं, सब तो पहला जिहड़ा कंपनी का नाम उन्होंने ट्विटर के लिखे है वह है धर्मा, जिहड़ा धर्मा प्रोडक्शन है वह करण जौहर का, करण जौहर धर्मा प्रोडक्शन, YRF आदित्य चोपड़ा का, टी सीरीज़ का नाम विच सब तो मूहरे करके लिखिया उस व्यक्ति ने, बालाजी एकता कपूर की जिहड़ी प्रोडक्शन है, नाड़ियावाल जिहड़े कि साजिद का ए है, ते सलमान खान फिल्म्स, ये जिहड़े 6 वड्डे जिहड़े बैनर ने ये बॉलीवुड नू कंट्रोल करदे हैं, इहदे सिर ते ही सारा काम हुंदा है।
खैर चलो बॉलीवुड दे विच रंग न्यारे ने, बॉलीवुड दीआं गल्लां बॉलीवुड वाले जाणदे आ, पर इह इक बड़े दुखदाई गल आ कि इक व्यक्ति इस दुनिया नूं छड्ड के चला गया। चलो खैर पंजाब दी गर्मी दी गल करदे आ, पंजाब च गर्मी बहुत पैण लग गई, रिकॉर्ड टुट गए पंजाब दी गर्मी दे, रिकॉर्ड इन्ने कु टुट गए कि पंजाब दे विच लोकां नूं जिथे करोने ने परेशान कीता होया हुण गर्मी उहनां दे बट कढ़न लग गई। करफ्यू कहिंदे जी पहला करफ्यू लाया सी सड़कां दे उप्पर लोक ना आउण, पर हुण रब ने इस तरह गर्मी दा करफ्यू लाया कि लोग अपने घरां चों बाहर नहीं निकल सकते, सुनसान पईआं सड़कां, गर्मी करके लोकां दा बुरा हाल है, चिपचिपी गर्मी जिथे है ते उत्थे ही टैंपरेचर की गल की जाए 42 डिग्री तक पंजाब दा टैंपरेचर पहुँच गया, गर्मी हदों वध, लू लगन का खतरा, डॉक्टर कहते भाई 2-1 to 4 o'clock, 5 o'clock अपने घर च रहो, धुप तो बचो, गर्मी दे विच काम ना करो, एक वार्निंग जारी हुई है लू लगन का खतरा है। इस संबंध में डॉक्टर ने यह जिहड़े तथ्य दिते हैं, तो इस गर्मी के माहौल दे विच साडे पत्रकार बलजीत पट्टी वाले ग्राउंड रिपोर्ट इकट्ठी करने वास्ते गए हैं, लोगों नाल उन्होंने गलबात की कि गर्मी तो बचने वास्ते वो की कर रहे हैं, एक स्पैशल रिपोर्ट है साडी, हमेशा वधिया रिपोर्टां असीं इस प्रोग्राम तुहाडे वास्ते लैके आउंदे हां, ते आओ पहला आपां बलजीत पट्टी वाले दी रिपोर्ट देखदे हां, उस तों बाद आपां करदे हां अगली गल। मेरा नाम जसबीर संधू, पिंड घरेला। पहला महामारी करके लॉकडाउन की वजह करके सारे मजदूर भरा घर बैठे रहे, कुछ किसानों तो पैसे धारे फड़ के अपना डंग सारिया, हुण गर्मी का इन्ना प्रकोप है कि झोना लाने लिए असी मजबूर हाँ इन्नी गर्मी दे विच, क्योंकि जिहड़े पैसे किसान तो फड़े ने उन्होंने पैसे भी उतारने ने, ते अगे अपने लिए खाने लिए भी प्रबंध करना है, इस करके गर्मी का बेहद काफ़ी प्रकोप है, पर झोना लाना पै रहा है, इस करके रब अगे बेनती आ कि छेती छेती मीह लियावे, नाल किसान सुखी रहन, नाल असी सुखी रहिए जी। बाकी गर्मी बहुत चल रही है जिदे करके कस्टमर बहुत घट वा, मंदा बहुत सानू पै रहा वा, कुछ लॉकडाउन करके आ, कुछ वैसे गर्मी करके आ, सो लोगों ने अपील है कि अपनी सेफ्टी करो, सैनिटाइजर यूज़ करो, हर 5 मिनट बाद 10 मिनट बाद जो कितने जाते जे सैनिटाइजर यूज़ करो, अपने आप फेस से मास्क जरूर लगा के रखो, क्योंकि मास्क जरा अपनी सेफ्टी है। सो बाकी गुरु महाराज भला करे कि अगे वागू सा दुकानदार सारे भरावान का सारा काम कर चले। पंजाबी गुरनाम के लिए इस वर्डिया खबर और खबर इसे तरह चलती रहनगियां, देश दुनिया ताज़ा तरीन खबर देखनिया सुनिया पढ़निया, तो बने रहो आज न्यूज पाला। सरदार गुरजीत सिंह, हर समस्या का समाधान घर बैठे करवाओ, मनचाया कम, कारोबार विच रुकावट, वशीकरण करवाना जा तुड़वाना, लव मैरिज किता करवाया, संतान हीनता, सस नूं अते पति पत्नी च अनबन, गुप्त रोग, कोर्ट केस, तलाक करवाना जा ना करवाना, खो चुका प्यार, प्यार विच धोखा, सोतन जा दुश्मन तो छुटकारा, हर समस्या दा घर बैठे समाधान करवाओ, सरदार गुरजीत सिंह, अच्छी फोन करो